ਸਤਿ ਸ਼੍ਰੀ ਅਕਾਲ ਜੀ ਸਿਤਾਰੇ ਕੀ ਕਹਿੰਦੇ ਆ ਪ੍ਰੋਗਰਾਮ ਦੇਖ ਰਹੇ ਹੋ ਤੁਸੀਂ ਮੈਂ ਆਪ ਸਭ ਨਾਲ ਜੱਸੀਮਾ ਦੇਖੋ ਜੀ ਜ਼ਰੂਰੀ ਥੋੜ੍ਹੀ ਆ ਕਿ ਹਰ ਥਾਂ 'ਤੇ ਪੈਸਾ ਹੀ ਕੰਮ ਆਉਂਦਾ ਕਈ ਵਾਰੀ ਇਨਸਾਨ ਵੀ ਇਨਸਾਨ ਦੇ ਕੰਮ ਆ ਜਾਂਦਾ ਮਤਲਬ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਪੈਸੇ ਦੇ ਨਾਲ ਅਸੀਂ ਹਰ ਕੰਮ ਕਰ ਸਕਦੇ ਹਾਂ ਪਰ ਜਿੱਥੇ ਆਪਣਿਆਂ ਦਾ ਸਾਥ ਹੋਵੇ ਆਪਣੇ ਨਾਲ ਆ ਕੇ ਖੜੇ ਹੋ ਜਾਣ ਉੱਥੇ ਪੈਸੇ ਦੀ ਜ਼ਰੂਰਤ ਵੀ ਕਈ ਵਾਰੀ ਨਹੀਂ ਪੈਂਦੀ ਇੰਨਾ ਮਨ ਮਜ਼ਬੂਤ ਅਤੇ ਹੌਸਲਾ ਹੋ ਜਾਂਦਾ ਹੈ ਇਸ ਕਰਕੇ ਹਮੇਸ਼ਾ ਆਪਣਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਅਤੇ ਆਪਣਿਆਂ ਦਾ ਸਾਥ ਦੇਣਾ ਚਾਹੀਦਾ ਹੈ ਸਿਤਾਰੇ ਵੀ ਸ਼ੁਭ ਹੋ ਜਾਂਦੇ ਨੇ ਇਹ ਸੀ ਅੱਜ ਦਾ ਸ਼ੁਭ ਵਿਚਾਰ ਠੀਕ ਇਸੇ ਸ਼ੁਭ ਵਿਚਾਰ ਨਾਲ ਆਪਾਂ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਜਾਣਾਂਗੇ ਪੰਚਾਂਗ ਪੰਚਾਂਗ ਮੁਤਾਬਕ ਕੀ ਕਹਿੰਦੇ ਆ ਤੁਹਾਡੇ ਸਿਤਾਰੇ ਇਸ 'ਤੇ ਚਰਚਾ ਕਰਾਂਗੇ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿੱਪ ਵੀ ਦੱਸਾਂਗੇ 13 ਅਕਤੂਬਰ 2023 ਦਿਨ ਹੈ ਸ਼ੁੱਕਰਵਾਰ ਦਾ ਤਿਥੀ ਚਤੁਰਥੀ ਰਹੇਗੀ ਅੱਜ ਤਕਰੀਬਨ ਰਾਤ ਨੂੰ 9:52 ਤੱਕ ਉੱਤਰਾ ਫਾਲਗੋਨੀ ਨਕਸ਼ਤਰ 2:11 ਤੱਕ ਚੱਲੇਗਾ ਕੰਨਿਆ ਰਾਸ਼ੀ ਵਿੱਚ ਚੰਦਰ ਮਹਾਰਾਜ ਬਣੇ ਰਹਿਣਗੇ ਭਦਰਾ 8:53 ਤੱਕ ਰਹੇਗੀ ਜੋ ਤਕਰੀਬਨ ਕੱਲ੍ਹ ਦੀ 7:54 ਸ਼ਾਮ ਤੋਂ ਚੱਲ ਰਹੀ ਸੀ ਮੰਗਲ ਅੱਜ ਸਵਾਤੀ ਨਕਸ਼ਤਰ ਵਿੱਚ ਚਲੇ ਜਾਣਗੇ ਰਾਸ਼ੀ ਪਰਿਵਰਤਨ ਨਹੀਂ ਕਰਨਗੇ ਸਿਰਫ ਕੀ ਕਰਨਗੇ ਨਕਸ਼ਤਰ ਪਰਿਵਰਤਨ ਕਰਨਗੇ ਸ਼ਾਮ ਨੂੰ 3:50 ਤੇ ਨਾਲ ਹੀ ਜੋ ਦੁਰਘਟਨਾ ਵਗੈਰਾ 'ਚ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦਾ ਅੱਜ ਸ਼ਰਾਧ ਰਹੇਗਾ ਅਤੇ ਰਾਹੂ ਕਾਲ ਦਾ ਟਾਈਮ ਅੱਜ ਸ਼ੁੱਕਰਵਾਰ ਵਾਲੇ ਦਿਨ ਰਹਿਣ ਵਾਲਾ ਹੈ ਜੀ ਤਕਰੀਬਨ 10:30 ਤੋਂ ਲੈ ਕੇ 12 ਤੱਕ ਗ੍ਰਹਿਾਂ ਦੀ ਸਥਿਤੀ ਪੰਚਾਂਗ ਅਤੇ ਨਾਲ ਚੰਦਰ ਸੂਰਜ ਚੰਦਰ ਅਤੇ ਬੁੱਧ ਦੀ ਯੁਤੀ ਬਣ ਗਈ ਹੈ ਵੈਸੇ ਮੱਸਿਆ ਕੱਲ੍ਹ ਹੈ ਠੀਕ ਅਤੇ ਪਰ ਫਿਰ ਵੀ ਚੰਦਰ ਮਹਾਰਾਜ ਕੰਨਿਆ ਰਾਸ਼ੀ ਵਿੱਚ ਚਲੇ ਗਏ ਅਤੇ ਕੰਨਿਆ ਰਾਸ਼ੀ ਵਿੱਚ ਚੰਦਰਮਾ ਕੀ ਪ੍ਰਭਾਵ ਪਾਉਣਗੇ ਇਸ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਨਕਸ਼ਤਰ ਜੋ ਹੈ ਉਹ ਸੂਰਜ ਦਾ ਹੈ ਅਤੇ ਚੰਦਰ ਬੈਠਾ ਹੈ ਕੰਨਿਆ ਰਾਸ਼ੀ ਵਿੱਚ ਉੱਚ ਦੇ ਬੁੱਧ ਨਾਲ ਮੁਬਾਰਕਾਂ ਉਹਨਾਂ ਨੂੰ ਜਿਨ੍ਹਾਂ ਦਾ ਜਨਮ ਦਿਨ ਹੈ ਸ਼ਾਦੀ ਦੀ ਸਾਲਗਿਰਾ ਬਹੁਤ ਹੀ ਸ਼ੁਭ ਜਾਵੇ ਇਹ ਸਾਲ ਤੁਹਾਡੇ ਲਈ ਜੋ ਵਰਸ਼ ਕੁੰਡਲੀ ਤੁਹਾਡੀ ਸ਼ੁਰੂ ਹੋਵੇ ਤੁਹਾਨੂੰ ਹਰ ਪਾਸੇ ਕਾਮਯਾਬੀ ਮਿਲੇ ਬਸ ਇਹ ਜੋ ਦੁਆਵਾਂ ਨੇ ਇਹ ਤੁਸੀਂ ਆਪਣੇ ਵੱਡੇ ਵਡੇਰਿਆਂ ਤੋਂ ਆਪਣੇ ਪਰਿਵਾਰ ਤੋਂ ਜ਼ਰੂਰ ਲੈਣੀਆਂ ਨੇ ਅਤੇ ਪਰਿਵਾਰ ਵਿੱਚ ਬੈਠ ਕੇ ਸਮਾਂ ਵੀ ਬਤੀਤ ਕਰਨਾ ਅਤੇ ਵੱਡੇ ਵਡੇਰਿਆਂ ਦੇ ਨਾਂ 'ਤੇ ਕੁਝ ਨਾ ਕੁਝ ਧਾਰਮਿਕ ਸਥਾਨ 'ਤੇ ਲੰਗਰ 'ਚ ਵੀ ਦੇ ਸਕਦੇ ਆਪਣੇ ਵੇਟ ਮੁਤਾਬਕ ਦਿੱਤਾ ਗਿਆ ਕਣਕ ਦਾ ਦਾਣ ਅੱਜ ਦੇ ਦਿਨ ਸ਼ੁਭਤਾ ਦੇਵੇਗਾ ਅਤੇ ਲੰਗਰ ਵਿੱਚ ਦੇਣ 'ਤੇ ਕੀ ਹੁੰਦਾ ਹੈ ਅੱਛਾ ਫਲ ਵੀ ਮਿਲਦਾ ਹੈ ਧਾਰਮਿਕ ਸਥਾਨ 'ਤੇ ਦੇਣ 'ਤੇ ਦੂਜੇ ਗ੍ਰਹਿ ਅੱਛੇ ਸ਼ੁਭ ਫਲ ਦੇ ਜਾਂਦੇ ਆਸ਼ੀਰਵਾਦ ਜ਼ਰੂਰ ਲੈਣਾ ਮਾਤਾ ਪਿਤਾ ਦਾ ਅਤੇ ਚਲੋ ਹੁਣ ਆਪਾਂ ਕਰਦੇ ਹਾਂ ਜੀ ਤੁਹਾਡੇ ਸਿਤਾਰੇ ਜਾਣਦੇ ਹਾਂ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਵਾਸਤੂ ਟਿੱਪ ਵੀ ਦੱਸਾਂਗੇ ਸਭ ਤੋਂ ਪਹਿਲਾਂ ਐ ਰੇਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਜਾਏਗਾ ਸਿਤਾਰਿਆਂ ਦੇ ਮੁਤਾਬਕ ਚੰਦਰ ਮਹਾਰਾਜ ਸੂਰਜ ਚੰਦਰ ਅਤੇ ਬੁੱਧ ਦੀ ਯੁਤੀ ਬਣੀ ਰਾਸ਼ੀ ਤੋਂ 6ਵੇਂ ਸਥਾਨ 'ਚ 6ਵੇਂ ਸਥਾਨ 'ਤੇ ਜੋ ਚੰਦਰਮਾ ਹੈ ਕਈ ਵਾਰੀ ਕੀ ਹੁੰਦਾ ਹੈ ਰੋਗ ਬਿਮਾਰੀ ਦੀ ਚਿੰਤਾ ਦੇ ਜਾਂਦਾ ਹੈ ਕਿਉਂਕਿ ਬੁੱਧ ਚੰਦਰ ਦੀ ਯੁਤੀ ਹੈ ਅਤੇ ਬੁੱਧ ਚੰਦਰ ਮਿੱਤਰ ਨਹੀਂ ਹੈ ਅਤੇ ਬੁੱਧ ਤੁਹਾਡੇ 6ਵੇਂ ਰੋਗ ਬਿਮਾਰੀ ਦਾ ਕਾਰਕ ਹੀ ਹੈ ਉੱਚ ਦਾ ਚੰਦਰਮਾ ਕੁਛ ਨਾ ਕੁਛ ਪਰੇਸ਼ਾਨੀਆਂ ਮਸਲਸ ਪ੍ਰੋਬਲਮ ਦੇ ਸਕਦਾ ਲੱਤਾਂ 'ਚ ਦਰਦ ਨਾੜਾਂ 'ਚ ਖਿੱਚ ਪੈ ਜਾਣਾ ਪੇਟ ਦੀ ਪ੍ਰੋਬਲਮ ਹੋ ਜਾਣਾ ਤਾਂ ਸਿਹਤ ਲਈ ਸਿਤਾਰੇ ਤੁਹਾਡੇ ਢਿੱਲੇ ਰਹਿਣਗੇ ਸਿਹਤ ਨੂੰ ਲੈ ਕੇ ਬੇਚੈਨੀ ਪਰੇਸ਼ਾਨੀ ਅਤੇ ਹਰ ਕਿਸੇ ਨਾਲ ਡਿਸਕਸ਼ਨ ਕਰੋਗੇ ਤੁਸੀਂ ਅੱਜ ਅਤੇ ਕਿਸੇ ਦੀ ਬਿਮਾਰੀ ਸੁਣੀ ਤਾਂ ਲੱਗੇਗਾ ਆਪਣੇ 'ਤੇ ਆ ਗਈ ਬਸ ਆਪਣਾ ਔਰਾ ਸਹੀ ਕਰਨਾ ਹੈ ਆਪਣੇ ਦਿਮਾਗ ਨੂੰ ਸਹੀ ਰੱਖਣਾ ਹੈ ਕਿ ਅਗਰ ਕੋਈ ਪਰੇਸ਼ਾਨੀ ਹੈ ਤਾਂ ਉਸਦਾ ਹੱਲ ਵੀ ਹੈ ਮਤਲਬ ਸੋਚ ਬਹੁਤ ਮਾਇਨੇ ਰੱਖੇਗੀ ਅੱਜ ਸੂਰਜ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਜੀ ਤੁਸੀਂ ਸਵੇਰ ਤੋਂ ਮੱਥੇ 'ਤੇ ਹਲਦੀ ਲਗਾ ਲੈਣੀ ਹੈ ਬ੍ਰਹਿਸਪਤ ਅਤੇ ਸੂਰਜ ਦੋਨੋਂ ਸ਼ੁਭ ਹੋ ਜਾਣਗੇ ਪਿਤਾ ਦੇ ਪੈਰੀਂ ਹੱਥ ਲਗਾਉਣਾ ਤਾਂਬੇ ਦਾ ਪੈਸਾ ਕੋਲ ਰੱਖਣਾ ਹੈ ਚੰਗਾ ਰਹੇਗਾ ਦੁੱਧ ਮਲ ਕੇ ਇਸ਼ਨਾਨ ਜ਼ਰੂਰ ਕਰ ਲਓ ਅਤੇ ਹਲਕੇ ਰੰਗ ਪਹਿਨੋ ਕਾਲੇ ਨੀਲੇ ਰੰਗ ਤੋਂ ਪਰਹੇਜ਼ ਰੱਖੋ ਟੌਰਸ ਯਾਨੀ ਬ੍ਰਿਖ ਰਾਸ਼ੀ ਵਾਲੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਜੋ ਤੁਹਾਡੇ ਸਿਤਾਰੇ ਨੇ ਸੋਚ ਸਥਾਨ ਵਿੱਚ ਚੰਦਰ ਉੱਚ ਦੇ ਬੁੱਧ ਦੇ ਨਾਲ ਅਤੇ ਬੁੱਧ ਤੁਹਾਡੇ ਧਨ ਦਾ ਮਾਲਕ ਹੈ ਕੋਈ ਨਵੀਂ ਡੀਲ ਕਰਨ ਦੇ ਲਈ ਕੋਈ ਨਵੇਂ ਕੰਮ ਕਰ ਦੇ ਵਿੱਚ ਕਿਸੇ ਨਾਲ ਡਿਸਕਸ਼ਨ ਕਰਨ ਦੇ ਲਈ ਕੋਈ ਨਵੀਂ ਤਕਨੀਕ ਸ਼ੁਰੂ ਕਰਨ ਦੇ ਲਈ ਤੁਹਾਡੇ ਸਿਤਾਰੇ ਬਹੁਤ ਅੱਛੇ ਨੇ ਸ਼ੁਭ ਨੇ ਜਿਸ ਨਾਲ ਖੜੋਗੇ ਜਿਸ ਨੂੰ ਸਲਾਹ ਦਓਗੇ ਤੁਹਾਡੀ ਪ੍ਰਸ਼ੰਸਾ ਵੀ ਹੋਏਗੀ ਅਤੇ ਤੁਹਾਡੇ ਕੀਤੇ ਕੰਮਾਂ ਲਈ ਵੀ ਅਤੇ ਐਡਵਾਈਸ ਲਈ ਹੈ ਨਾ ਸਿਤਾਰੇ ਸ਼ੁਭ ਨੇ ਮਿਸ਼ਰੀ ਦਾ ਸੇਵਨ ਕਰੋ ਸਿਹਤ ਤੁਹਾਡੀ ਵੀ ਥੋੜ੍ਹੀ ਪਰੇਸ਼ਾਨੀ ਕਰੇਗੀ ਤੁਹਾਨੂੰ ਅੱਖਾਂ ਗਲੇ ਦੀ ਐਲਰਜੀ ਥਾਇਰਾਇਡ ਥੋੜ੍ਹਾ ਪਰੇਸ਼ਾਨ ਕਰ ਸਕਦਾ ਹੈ ਤਾਂ ਉਸਦੇ ਲਈ ਸ਼ੁੱਕਰ ਹੀ ਸ਼ੁਭ ਕਰਨਾ ਆਪਾਂ ਮੱਥੇ 'ਤੇ ਕੀ ਲਗਾਉਣਾ ਹੈ ਚੰਦਨ ਲਗਾ ਲੈਣਾ ਹੈ ਅਤੇ ਲੱਕੀ ਰੰਗ ਅੱਜ ਤੁਹਾਡਾ ਫਿਰੋਜ਼ੀ ਜੈਮਿਨੀ ਯਾਨੀ ਮਿਥੁਨ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਹਲਕਾ ਜਿਹਾ ਸਕਾਈ ਬਲੂ ਕਲਰ ਪਹਿਨ ਸਕਦੇ ਹੋ ਤੁਸੀਂ ਚੌਥੇ ਸਥਾਨ ਵਿੱਚ 4 ਗ੍ਰਹਿ ਵਿਦੇਸ਼ ਲਈ ਸਿਤਾਰੇ ਬਿਲਕੁਲ ਸ਼ੁਭ ਨੇ ਮਾਤਾ ਦੀ ਸਿਹਤ ਥੋੜ੍ਹੀ ਖਰਾਬ ਰਹੇਗੀ ਹਸਪਤਾਲਾਂ ਦੇ ਚੱਕਰ ਲੱਗ ਸਕਦੇ ਨੇ ਤਾਂ ਉਸਦੇ ਲਈ ਤੁਸੀਂ ਸੂਰਜ ਬੁੱਧ ਅਤੇ ਚੰਦਰ ਨੂੰ ਸ਼ੁਭ ਕਰਨਾ ਹੈ ਬੁੱਧ ਭਾਵੇਂ ਉੱਚ ਦਾ ਚੱਲ ਰਿਹਾ ਹੈ ਹਰ ਸਿਚੁਏਸ਼ਨ ਕਿਸੇ ਵੀ ਤਰ੍ਹਾਂ ਦੀ ਹੋਵੇ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਹੋਵੇ ਸਭ ਦਾ ਸਾਥ ਵੀ ਮਿਲੇਗਾ ਅਤੇ ਤੁਸੀਂ ਆਪਣੀ ਸਮਝਦਾਰੀ ਨਾਲ ਉਸ ਵਿੱਚੋਂ ਨਿਕਲਦੇ ਹੋ ਦਿਨ ਨੂੰ ਹੋਰ ਬੈਸਟ ਕਰਨ ਲਈ ਪੰਛੀਆਂ ਨੂੰ ਹਰੀ ਮੂੰਗੀ ਪਾ ਦਿਓ ਕੈਂਸਰ ਯਾਨੀ ਕਰਕ ਰਾਸ਼ੀ ਵਾਲੇ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ
ਤਾਂ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ ਇਸ ਕਰਕੇ ਧਨ ਕੰਮਕਾਰ ਕਾਰੋਬਾਰ ਠੀਕ ਠਾਕ ਰਹੇਗਾ ਪਹਿਲਾਂ ਦੀ ਤਰ੍ਹਾਂ ਹੀ ਚੱਲੇਗਾ ਨੌਕਰੀ ਪੇਸ਼ਾ ਲਈ ਵੀ ਪੂਰੀ ਤਰ੍ਹਾਂ ਨਾਲ ਕੰਮਕਾਰ ਵਿੱਚ ਮਨ ਲੱਗੇਗਾ ਪਰ ਕਿਸੇ ਵੀ ਕੰਮ ਨੂੰ ਕੱਲ੍ਹ ਤੇ ਨਹੀਂ ਟਾਲਣਾ ਅਤੇ ਸ਼ੁੱਕਰ ਜੋ ਧਨ ਸਥਾਨ ਵਿੱਚ ਹੈ ਧਨ ਦੇ ਰਿਹਾ ਪੈਸਾ ਦੇ ਰਿਹਾ ਹਰ ਪਾਸੇ ਚੰਗਾ ਹੀ ਹੈ ਪਰਸਨੈਲਿਟੀ ਵੀ ਅੱਛੀ ਹੋ ਰਹੀ ਹੈ ਤਾਂ ਅੱਜ ਦੇ ਦਿਨ ਅਗਰ ਤੁਸੀਂ ਮਸਟਰਡ ਰੰਗ ਪਹਿਨ ਲਿਓ ਤਾਂ ਮੰਨ ਲਓ ਬ੍ਰਹਿਸਪਤ ਦਾ ਸਾਥ ਵੀ ਸ਼ੁਭ ਮਿਲ ਜਾਏਗਾ ਕਲੋਜ਼ਲੀ ਰਿਸ਼ਤੇ ਜਿਹੜੇ ਖਰਾਬ ਹੋ ਰਹੇ ਉਹਨਾਂ ਨੂੰ ਠੀਕ ਕਰਨਾ ਜ਼ਰੂਰੀ ਰਹੇਗਾ ਲੀਓ ਜਾਨੀ ਸਿੰਘ ਰਾਸ਼ੀ ਅੱਜ ਦੇ ਦਿਨ ਖਾਕੀ ਰੰਗ ਤੁਹਾਡਾ ਲੱਕੀ ਰਹੇਗਾ ਸਿਤਾਰਿਆਂ ਦੇ ਹਿਸਾਬ ਨਾਲ ਦੂਸਰੇ ਸਥਾਨ ਵਿੱਚ ਚੰਦਰਮਾ ਹਮੇਸ਼ਾ ਧਨ ਦੇ ਜਾਂਦਾ ਹੈ ਸੂਰਜ ਬੁੱਧੀ ਜੁੱਤੀ ਇਨਕਮ ਤੇ ਲਈ ਕੰਮਕਾਰ ਲਈ ਸਿਤਾਰੇ ਤੁਹਾਡੇ ਵੀ ਸ਼ੁਭ ਨੇ ਕੀਤੀ ਗਈ ਭੱਜ ਨੱਠ ਪੂਰਾ ਪੂਰਾ ਤੁਹਾਨੂੰ ਸਹੀ ਰਿਜ਼ਲਟ ਦੇਣ ਵਾਲੀ ਹੈ ਜੀਵਨ ਸਾਥੀ ਦਾ ਸਾਥ ਮਿਲੇਗਾ ਵਿਦਿਆਰਥੀਆਂ ਦਾ ਮਨ 'ਚ ਪੜ੍ਹਾਈ 'ਚ ਲੱਗੇਗਾ ਕੋਈ ਜ਼ਿਆਦਾ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ ਤੁਹਾਡੀ ਆਪਣੀ ਲਗਨ ਅਤੇ ਰਾਸ਼ੀ ਦਾ ਮਾਲਕ ਦਾ ਨਕਸ਼ੱਤਰ ਹੈ ਫਿਰ ਵੀ ਚੰਗਾ ਰਹੇਗਾ ਸਵੇਰ ਤੋਂ ਮੱਥੇ 'ਤੇ ਦੁੱਧ ਲਾਉਣਾ ਅਤੇ ਧਾਰਮਿਕ ਸਥਾਨ 'ਤੇ ਦੁੱਧ ਦਾ ਪੈਕਟ ਰੱਖਣਾ ਵਰਗੋ ਜਾਣੀ ਕੰਨਿਆ ਰਾਸ਼ੀ ਵਾਲੇ ਸਿਤਾਰੇ ਸਿਹਤ ਲਈ ਢਿੱਲੇ ਰਹਿਣਗੇ ਧਾਰਮਿਕ ਸਥਾਨ 'ਤੇ ਰਾਧਾ ਕ੍ਰਿਸ਼ਨ 'ਤੇ ਚਿੱਟੀਆਂ ਕਲੀਆਂ ਚੜ੍ਹਾ ਕੇ ਆਓ ਚਿੱਟੇ ਫੁੱਲ ਚੜ੍ਹਾ ਕੇ ਆਓ ਸ਼ੁੱਕਰ ਦੀ એનર્ਜੀ ਸ਼ੁਭ ਹੋ ਜਾਏਗੀ ਅਤੇ ਮੰਗਲ ਕੇਤੂ ਦੂਸਰੇ ਸਥਾਨ ਵਿੱਚ ਕੋਈ ਨੁਕਸਾਨ ਨਹੀਂ ਕਰੇਗਾ ਥੋੜ੍ਹੀ ਜੋ ਗਲੇ ਦੀ ਪ੍ਰੋਬਲਮ ਚੱਲ ਰਹੀ ਹੈ ਉਹ ਵੀ ਠੀਕ ਹੁੰਦੀ ਜਾਏਗੀ ਬੱਚਿਆਂ ਨਾਲ ਸੰਬੰਧ ਵੀ ਅੱਛੇ ਹੁੰਦੇ ਜਾਣਗੇ ਵਿਦਿਆਰਥੀ ਹੋ ਤੁਸੀਂ ਤਾਂ ਜੋ ਕਿਸੇ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਉਸ ਵਿੱਚ ਪੂਰੀ ਮਿਹਨਤ ਕਰਨੀ ਪਵੇਗੀ ਥੋੜ੍ਹਾ ਘੱਟ ਬੋਲਣਾ ਅੱਜ ਦੇ ਦਿਨ ਦਿਨ ਨੂੰ ਬੈਸਟ ਬਣਾਉਣ ਲਈ ਮੰਨ ਲਓ ਇੱਕ ਕਾਰਗਰ ਉਪਾਅ ਸਿੱਧ ਹੋਏਗਾ ਲਿਬਰਾ ਜਾਣੀ ਤੁਲਾ ਰਾਸ਼ੀ ਵਾਲਿਆਂ ਦੇ ਲਈ ਖਰਚੇ ਵਧੇ ਰਹਿਣਗੇ ਉਤਾਵਲਾਪਨ ਬੇਚੈਨੀ ਵਧੀ ਰਹੇਗੀ ਕਿਸੇ ਦੀ ਗੱਲ ਸੁਣੀ ਅਸੀਂ ਉਸੇ ਰਸਤੇ 'ਤੇ ਤੁਰ ਪਏ ਦੂਸਰੇ ਦੀ ਸੁਣੀ ਤਾਂ ਉਸੇ ਰਸਤੇ 'ਤੇ ਤੁਰ ਪਏ ਕੀ ਹੋਏਗਾ ਅਗਰ ਆਪਣੇ ਮਨ ਨਾਲ ਆਪਣੇ ਦਿਮਾਗ ਨਾਲ ਚੱਲੋਗੇ ਤਾਂ ਜ਼ਿਆਦਾ ਸਹੀ ਨਤੀਜੇ ਤੁਹਾਨੂੰ ਆਪਣੇ ਕੰਮਕਾਰ ਦੇ ਮਿਲ ਸਕਦੇ ਮਤਲਬ ਕਿਸੇ ਦੇ ਪਿੱਛੇ ਲੱਗ ਕੇ ਕੋਈ ਕੰਮ ਕਰਨਾ ਮਨ ਦਿਮਾਗ ਨੂੰ ਪਰੇਸ਼ਾਨ ਕਰੇਗਾ ਤਾਂ ਮਨ ਦੀ ਬਜਾਏ ਦਿਮਾਗ ਨਾਲ ਕੀਤੇ ਗਏ ਫੈਸਲੇ ਸ਼ੁੱਧ ਅਤੇ ਸ਼ੁੱਭ ਰਹਿਣਗੇ ਨਾਲ ਥੋੜ੍ਹਾ ਖਰਚਿਆਂ 'ਤੇ ਕੰਟਰੋਲ ਕਰੋ ਨਹੀਂ ਤਾਂ ਆਰਥਿਕ ਸਥਿਤੀ ਜ਼ਿਆਦਾ ਡਾਵਾਂਡੋਲ ਹੋ ਸਕਦੀ ਆ ਇਨਵੈਸਟਮੈਂਟ ਵੀ ਜ਼ਿਆਦਾ ਨਹੀਂ ਕਰਨੀ ਜਦੋਂ ਤੱਕ ਬੁੱਧ ਬਾਰਵੇਂ ਚੱਲ ਰਿਹਾ ਸਕੋਰਪੀਓ ਵ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਪਿਸਤਾ ਕਲਰ ਲੱਕੀ ਰਹੇਗਾ ਥੋੜ੍ਹੇ ਇਮੋਸ਼ਨਲ ਰਹੋਗੇ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਥੋੜ੍ਹੇ ਇਮੋਸ਼ਨਲ ਰਹੋਗੇ ਤੁਸੀਂ ਪ੍ਰੇਮ ਸੰਬੰਧਾਂ ਨੂੰ ਲੈ ਕੇ ਪ੍ਰੇਮ ਸੰਬੰਧਾਂ ਵਿੱਚ ਬਹਿਸਬਾਜ਼ੀ ਪਰੇਸ਼ਾਨੀ ਵੱਧ ਸਕਦੀ ਆ ਤਾਂ ਸਹਿਜਤਾ ਨਾਲ ਚੱਲਣਾ ਕਈ ਮੁੱਦਿਆਂ 'ਤੇ ਸਾਇਲੈਂਟ ਮੋਡ ਵਿੱਚ ਰਹਿਣਾ ਰਿਸ਼ਤਿਆਂ ਨੂੰ ਵੀ ਬਚਾਏਗਾ ਅਤੇ ਨਾਲ ਤੁਹਾਡੇ ਮਨ ਨੂੰ ਵੀ ਸਹੀ ਰੱਖੇਗਾ ਦੁੱਧ ਚੌਲ ਅਤੇ ਚੀਨੀ ਮਤਲਬ ਖੀਰ ਦਾ ਸਮਾਨ ਧਾਰਮਿਕ ਸਥਾਨ 'ਤੇ ਦੇਣ 'ਤੇ ਸ਼ੁੱਕਰ ਅੱਛਾ ਫਲ ਦੇ ਜਾਏਗਾ ਅੱਜ ਦੇ ਦਿਨ ਸੈਜੀਟੇਰੀਅਸ ਧਨੂ ਰਾਸ਼ੀ ਵਾਲਿਆਂ ਦੇ ਲਈ ਜਾਮਨੀ ਕਲਰ ਲੱਕੀ ਅੱਛੇ ਲੋਕਾਂ ਦੀ ਮਦਦ ਨਾਲ ਪ੍ਰਤਿਸ਼ਠਾਵਾਨ ਲੋਕਾਂ ਦੀ ਮਦਦ ਨਾਲ ਰਾਜਨੀਤੀ 'ਚ ਤੁਹਾਡੀ ਜੋ ਹੈ ਨੇਮ ਫੇਮ ਵੱਧ ਸਕਦਾ ਹੈ ਜਾਂ ਰਾਜਨੀਤੀ ਵਿੱਚ ਕਿਸੇ ਦੀ ਮਦਦ ਦੇ ਨਾਲ ਰੁਕੇ ਹੋਏ ਕੰਮ ਹੋ ਸਕਦੇ ਆ ਸਰਕਾਰੀ ਨੌਕਰੀ ਕਰਨ ਵਾਲਿਆਂ ਦੀ ਪਿੱਠ ਥੱਪ ਤਪਾਈ ਜਾਏਗੀ ਉਹਨਾਂ ਦੇ ਕੀਤੇ ਕੰਮਾਂ ਲਈ ਪੂਰੀ ਤਰ੍ਹਾਂ ਨਾਲ ਆਪਣੀ ਡਿਊਟੀ ਤੋਂ ਜੇ ਅੱਛੀ ਨਿਭਾ ਰਹੇ ਹੋ ਪਰ ਤਰੱਕੀ ਨਹੀਂ ਹੋ ਰਹੀ ਤਾਂ ਇਹ ਸਮਾਂ ਬੈਸਟ ਹੈ ਆਪਣੇ ਕੀਤੇ ਕੰਮਾਂ ਦੀ ਚਰਚਾ ਜ਼ਰੂਰ ਕਰੋ ਅਤੇ ਤੁਹਾਡੀ ਮਦਦ 10ਵੇਂ ਬੈਠਾ ਸੂਰਜ ਕਰ ਦੇਵੇਗਾ ਅਤੇ ਬ੍ਰਹਿਸਪਤ ਦੀ ਸਥਿਤੀ ਵੀ ਅੱਛਾ ਫਲ ਦੇਵੇਗੀ ਕੋਈ ਜ਼ਿਆਦਾ ਉਪਾਅ ਨਾ ਕਰੋ ਬਸ ਮੋਬਾਈਲ ਤੋਂ ਦੂਰੀ ਜ਼ਰੂਰ ਬਣਾ ਕੇ ਰੱਖੋ ਕੈਪਰੀਕੋਨ ਮਕਰ ਰਾਸ਼ੀ ਸਿਤਾਰਿਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਗ੍ਰੇ ਕਲਰ ਅੱਜ ਤੁਹਾਡਾ ਲੱਕੀ ਰਹਿਣ ਵਾਲਾ ਹੈ 9ਵੇਂ ਸੂਰਜ ਬੁੱਧ ਅਤੇ ਚੰਦਰ ਰਹਿਣਗੇ ਕਿਸੇ ਨਾ ਕਿਸੇ ਤਰ੍ਹਾਂ ਦਾ ਝਗੜਾ ਜੋ ਹੈ ਦੇਖਿਆ ਜਾਵੇ ਤਾਂ ਹੋ ਸਕਦਾ ਝਗੜਾ ਜੇ ਜ਼ਮੀਨੀ ਪ੍ਰੋਪਰਟੀ ਨੂੰ ਲੈ ਕੇ ਹੈ ਨਾ ਅਤੇ ਪ੍ਰੋਪਰਟੀ ਦੇ ਸੰਬੰਧੀ ਜੋ ਤੁਹਾਡੇ ਮਸਲੇ ਨੇ ਉਹ ਆਰਾਮ ਨਾਲ ਸੁਲਝ ਜਾਣ ਤਾਂ ਬਾਰੋ ਬਾਰ ਕਈ ਗੱਲਬਾਤ ਹੋ ਜਾਵੇ ਤਾਂ ਉਸਦੇ ਲਈ ਤੁਹਾਨੂੰ ਅਗਰ ਕੋਈ ਪਹਿਲਕਦਮੀ ਕਰ ਰਿਹਾ ਤਾਂ ਤੁਹਾਨੂੰ ਵੀ ਕਰਨੀ ਚਾਹੀਦੀ ਆ ਕਿਉਂਕਿ ਸੂਰਜ ਬੁੱਧ 9ਵੇਂ ਅੱਛਾ ਫਲ ਦੇਵੇਗਾ ਅਤੇ ਮੰਗਲ ਕੇਤੂ 10ਵੇਂ ਸਥਾਨ ਵਿੱਚ ਕੁਲ ਦੀਪਕ ਯੋਗ ਬਣਾ ਰਿਹਾ ਹੈ ਸਿਤਾਰੇ ਸ਼ੁਭ ਨੇ ਅਤੇ ਤੁਹਾਨੂੰ ਕੋਸ਼ਿਸ਼ ਹਰ ਚੀਜ਼ ਲਈ ਕਰਨੀ ਚਾਹੀਦੀ ਹੈ ਕਿ ਸ਼ਾਂਤੀ ਨਾਲ ਹਰ ਮਸਲੇ ਦਾ ਹੱਲ ਹੋ ਜਾਵੇ ਕੋਸ਼ਿਸ਼ ਕਰੋ ਅੱਜ ਦੇ ਦਿਨ ਤੁਸੀਂ ਗ੍ਰੇ ਰੰਗ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਪੰਛੀਆਂ ਨੂੰ ਹਰੀ ਮੂੰਗੀ ਪਾਓ ਤਾਂ ਕਿ 8ਵੇਂ ਬੈਠਾ ਬੁੱਧ ਦਿਮਾਗੀ ਪਰੇਸ਼ਾਨੀ ਨਾ ਦੇਵੇ ਜਦੋਂ ਤੱਕ ਸੂਰਜ ਬੁੱਧ ਅਤੇ ਚੰਦਰ 8ਵੇਂ ਹੁਣ ਚੰਦਰ ਵੀ 8ਵੇਂ ਸਥਾਨ ਵਿੱਚ ਚਲਾ ਗਿਆ ਮਾਨਸਿਕ ਪਰੇਸ਼ਾਨੀ ਹੋਈ ਘਰੇਲੂ ਪਰੇਸ਼ਾਨੀ ਹੋਈ ਕੰਮਾਂ ਕਾਰਾਂ ਦੀਆਂ ਦੇਰੀਆਂ ਨੇ ਹੋਰ ਜ਼ਿਆਦਾ ਉਤਾਵਲਾਪਨ ਪਰੇਸ਼ਾਨੀ ਦਿੱਤੀ ਟਾਈਮ ਹੈ ਵਕਤ ਹੈ ਲੰਘ ਜਾਏਗਾ ਕਿਸਮਤ ਖਰਾਬ ਨਹੀਂ ਹੈ ਥੋੜ੍ਹਾ ਵਕਤ ਖਰਾਬ ਹੈ ਇਹ ਸੋਚਣਾ ਹੈ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਸ਼ਨੀ ਲਗਨ ਵਿੱਚ ਹੈ ਸੱਟ ਚੋਟ ਤੋਂ ਜ਼ਰੂਰ ਬਚ ਕੇ ਰਹੋ ਅਤੇ ਆਪਣੇ ਪਿਤਾ ਦੇ ਪੈਰੀ ਹੱਥ ਲਗਾ ਕੇ ਜਾਓ ਲੰਬੀ ਯਾਤਰਾ ਟਾਲ ਦਿਓ ਸਿਹਤ ਦਾ ਧਿਆਨ ਰੱਖੋ ਸਿਤਾਰੇ ਅੱਛੇ ਨਹੀਂ ਚੱਲ ਰਹੇ ਸੰਭਲ ਸੰਭਲ ਕੇ ਚੱਲਣਾ ਪਵੇਗਾ ਜਦੋਂ ਤੱਕ ਚੰਦਰ 8ਵੇਂ ਸਥਾਨ 'ਤੇ ਪਾਇਸੇ ਜਾਣੀ ਮੀਨ ਰਾਸ਼ੀ ਵਾਲਿਆਂ ਦੇ ਲਈ ਧਨ ਲਈ ਕੰਮਕਾਰ ਲਈ ਕਾਰੋਬਾਰ ਲਈ ਵਿਦੇਸ਼ ਤੋਂ ਪੈਸੇ ਲਈ ਸਿਤਾਰੇ ਸ਼ੁਭ ਹਰ ਤਰ੍ਹਾਂ ਦਾ ਸਾਥ ਮਿਲੇਗਾ ਮਾਂ ਦੇ ਪੈਰੀ ਹੱਥ ਜ਼ਰੂਰ ਲਗਾ ਦਿਓ ਅਤੇ ਚੰਦਰ 7ਵੇਂ ਸਥਾਨ ਵਿੱਚ ਅੱਛਾ ਸ਼ੁਭ ਰਹੇਗਾ ਕਿਸੇ ਪੇਪਰ ਨੂੰ ਲੈ ਕੇ ਪਰੇਸ਼ਾਨੀ ਹੋਈ ਸੀ ਤਾਂ ਉਸਦਾ ਹੱਲ ਵੀ ਤੁਹਾਨੂੰ ਮਿਲਣ ਵਾਲਾ ਹੈ
मंगल केतु 8वें स्थान विच शुभ फल देने इस दे लई कुत्ते नूं रोटी हल्का जिहा सरों दा तेल लगा के जरूर पाओ। ਇਹ ਸੀ ਜੀ ਤੁਹਾਡੇ ਸਿਤਾਰੇ ਗ੍ਰਹਿ ਮੁਤਾਬਕ ਕੀ ਪ੍ਰਭਾਵ ਪਾਉਂਦੇ ਆ, ਗ੍ਰਹਿ ਗੋਚਰ ਨਕਸ਼ਤਰ ਮੁਤਾਬਕ ਆਪਾਂ ਚਰਚਾ ਕੀਤੀ ਤੇ ਹੁਣ ਵਾਸਤੂ ਟਿਪ। ਵਾਸਤੂ ਟਿਪ ਵਿੱਚ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਗੱਲਾਂ ਜਿਨ੍ਹਾਂ ਦੇ ਨਾਲ ਬਿਨਾਂ ਤੋੜਭੰਨ ਤੋਂ, ਤੋੜਭੰਨ ਦਾ ਕਾਰਕ ਰਾਹੂ ਮੰਨਿਆ ਜਾਂਦਾ। ਕਈ ਵਾਰੀ ਸਾਨੂੰ ਕੋਈ ਕਹਿ ਦਿੰਦਾ ਹੈ ਕਿ ਤੁਹਾਡੀ ਆਹ ਚੀਜ਼ ਗਲਤ ਬਣਾਈ ਹੈ ਤਾਂ ਅਸੀਂ ਚੱਕੀ ਥੋੜੀ ਅਤੇ ਉਸਨੂੰ ਤੋੜਨਾ ਸ਼ੁਰੂ ਕਰ ਦਿੰਦੇ ਹਾਂ ਜਾਂ ਕਹਿ ਦਿੰਦੇ ਹਾਂ ਕਿ ਚਲੋ ਇਸਨੂੰ ਢਾਹ ਕੇ ਕੋਈ ਹੋਰ ਜਗ੍ਹਾ 'ਤੇ ਬਣਾ ਲਓ। राहू नूं जांच लेना चाहिदा है जी। राहू खराब होवे तां वास्तु भावें जिन्ना मर्जी सही कर लो, किसे जगह नूं तोड़न नाल राहू उस जगह ते स्थापित हो जांदा है। तां इस करके चीज़ां नूं सही होर तरीके नाल भी कीता जा सकदा है। एनर्जी लगे जिस तरह के, मान लो पौड़ियां सही जगह ते नहीं बणियां, मान लो गेट सही जगह ते नहीं है, मान लो बाथरूम सही जगह ते नहीं, तां नमक दा डला कच दे बॉल च रख के उस जगह ते रखो। तकरीबन 50-70% एनर्जी नूं उस जगह तो हटा देगा जो नैगेटिव। असल दे विच एनर्जी ते ही इफेक्ट करती है, वास्तु अनबैलेंस हो जांदियां ने स्थितियां। तो अगर पौड़ियाँ जां बाथरूम गलत जगह पर होवे जां किसी ने कह दिता कि वास्तु मुताबक सही है ना नहीं है, तो राहु की स्थिति जान के धन भन तोड़ करो, नहीं तो उस समय तक उस जगह पर नमक रख दो, एनर्जी शुभ हो जाएगी। ए सी वास्तु टिप। समा हो गया इजाजत दा। आप सब दा अज दा दिन बहुत शुभ जावे। खुश रहो, मुस्कुराते रहो, अपने नाल जरूर बना के रखो। मैनू दो इजाजत। सत श्री अकाल।